ਸਬਾਨਾ ਕਿੰਨਾ ਕੁਝ ਆਪਣਾ ਸਮਝਦੇ ਹਾਂ ਕਿੰਨਾ ਕੁਝ ਆਪਣਾ ਮੰਨਦੇ ਹਾਂ ਗੱਲ ਇਹ ਹੈ ਕਿ ਅਸੀਂ ਹਿੰਦੂ ਜ਼ਬਾਨਾ ਸਿਰਫ ਆਪਣੇ ਘਰਾਂ ਤੱਕ ਬੋਲੀ ਜੁੜੇ ਆ ਗਈ ਅਤੇ ਬੋਲੀ ਸਮਝ ਕੇ ਅਸਾਂ ਸਿਆਣਦੇ ਹਾਂ ਬੋਲਦੇ ਹਾਂ ਮੰਨਦੇ ਹਾਂ ਲੇਕਿਨ ਇਸ ਵਿੱਚ ਇਹ ਕੁਝ ਲਿਖਿਆ ਗਿਆ ਅਸਾਂ ਆਪਣੀ ਇਸ ਵਜ੍ਹਾ ਤੋਂ ਇਸ ਜ਼ਬਾਨ 'ਤੇ ਫਖਰ ਹੋਣਾ ਚਾਹੀਦਾ ਇਹ ਅਸਾਂ ਪਤਾ ਹੀ ਅਸਾਂ ਬਹੁਤ ਇਸ ਜ਼ਬਾਨ 'ਤੇ ਫਖਰ ਕਰਨ ਵਾਸਤੇ ਜਾਣ ਪੁੱਜੇ ਪੁਰਾਣੀ ਤਹਿਜ਼ੀਬ ਸਿਰਫ ਪੁਰਾਣੀ ਤਹਿਜ਼ੀਬ ਹੀ ਨਾ ਬਲਕਿ ਤਹਿਜ਼ੀਬ ਯਾਫਤਾ ਅਤੇ ਖੁਸ਼ਹਾਲ ਤਹਿਜ਼ੀਬ ਇਸ ਵੇਲੇ ਬੋਲੀ ਜੁੜਨ ਵਾਲੀਆਂ ਜਿੰਨੀਆਂ ਵੀ ਜ਼ਬਾਨਾਂ ਹੀ ਹੈ ਜਿੰਨੀਆਂ ਉਸ ਵੇਲੇ ਬੋਲੀਆਂ ਜੁੜ ਗਈਆਂ ਆ ਉਹਨਾਂ ਦੇ ਬੜੇ ਸੁੱਚੇ ਅਤੇ ਖੜੇ ਲਫ਼ਜ਼ ਆਪਣੇ ਅਸਲ ਮਾਨਿਆਂ ਅਤੇ ਲਹਿਜੇ ਨਾਲ ਇਸ ਜ਼ਬਾਨ ਵਿੱਚ ਅੱਜ ਵੀ ਮੌਜੂਦ ਹੈ ਇਸ ਜ਼ਬਾਨ ਵਿੱਚ ਦੁਨੀਆ ਜ਼ਬਾਨਾਂ ਦਾ ਤਰਜਮਾ ਕਰਨ ਦੀ ਸਲਾਹੀਅਤ ਬੜੀ ਚੰਗੀ ਤਰ੍ਹਾਂ ਮੌਜੂਦ ਹੈ ਅਦਬ ਦੀ ਜਿਹੜੀ ਸਿਰਫ ਹੈ ਜਿਸ 'ਤੇ ਇਸ ਜ਼ਬਾਨ ਵਿੱਚ ਕੰਮ ਨਹੀਂ ਹੋਇਆ ਜਿਸ 'ਤੇ ਇਸ ਜ਼ਬਾਨ ਵਿੱਚ ਲਿਖਿਆ ਨਹੀਂ ਗਿਆ ਹਮ ਨਾ ਮਰਸੀਏ ਚਾਬੇ ਅਤੇ ਸਿਹਤੀਆਂ ਮਾਈਏ ਲੋਕੀ ਲੋਕ ਕਹਾਣੀਆਂ ਖਾਣ ਪੁਜਾਰਤਾ ਮਜ਼ਮੂਨ ਤਹਿਕੀ ਅਫਸਾਨੇ ਸਫ਼ਰਨਾਮੇ ਇਨਕੋ ਲੁਗਤ ਇਹ ਸਾਰਿਆਂ 'ਚੋਂ ਬਣਦੀ ਪੁਰਾਣੇ ਪਾਕ ਦਾ ਬਾ ਮੁਹਾਵਰਾ ਤਰਜਮਾ ਪੁਰਾਣੇ ਪਾਕ ਦਾ ਮਨਜ਼ੂਮ ਤਰਜਮਾ ਸੀਰਤ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਲਿਖੀ ਗਈ ਕਿਤਾਬ ਅਸਾਂ ਬਹੁਤ ਫਖਰ ਕਰਨ ਵਾਸਤੇ ਹਿੰਦੂ ਅਦਬ ਦੇ ਉਹ ਬੜੇ ਲਿਖਾਰੀ ਅਤੇ ਸ਼ਾਇਰ ਜਿਨ੍ਹਾਂ ਦੀ ਨਸਰ ਅਤੇ ਸ਼ਾਇਰੀ ਦਾ ਤਰੀਕਾ ਅਤੇ ਉਹਨਾਂ ਦੀ ਸਲਾਹੀਅਤ ਦੁਨੀਆ ਦੇ ਕਿਸੇ ਵੀ ਲਿਖਾਰੀ ਦਾ ਮੁਕਾਬਲਾ ਬੜੀ ਗੱਲ ਕਿਤੇ ਕੁਝ ਲੋਕਾਂ ਦਾ ਪਤਾ ਅਸਾਂ ਦੀ ਆਉਣ ਵਾਲੀ ਨਸਲਾਂ ਵੀ ਨਹੀਂ ਪਤਾ ਅਸਾਂ ਆਪ ਵੀ ਨਹੀਂ ਪਤਾ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਕਿ ਹਿੰਦੂ ਲਿਖੀ ਵੀ ਜੁੜਦੀ ਹੈ ਤਾਂ ਬੜੇ ਹੈਰਾਨ ਹੁੰਦੇ ਕਦੇ ਹਿੰਦੂ ਲਿਖੀ ਵੀ ਦੇਖੀ ਗਈ ਪਰ ਅਸੀਂ ਸਾਰੇ ਹਿੰਦੂ ਬੋਲਣੇ ਵਾਲੇ ਹਿੰਦੂ ਲਿਖਣੇ ਵਾਲੇ ਹਿੰਦੂ ਨਾਲ ਪਿਆਰ ਕਰਨੇ ਵਾਲੇ ਇਸ ਚੀਜ਼ 'ਤੇ ਕਿੰਨਾ ਕੁਝ ਅਮਲ ਕਰਦੇ ਹਾਂ ਅੱਜ ਤੋਂ 2 ਸਾਲ ਪਹਿਲੇ ਮੈਂ ਇੱਕ ਕੰਮ ਸ਼ੁਰੂ ਕੀਤਾ ਆ ਕਿ ਜਿਹੜੀ ਕਾਲਜ ਲਾਇਬ੍ਰੇਰੀ ਹੈ ਇਸ ਵਿੱਚ ਹਿੰਦੂ ਕਿਤਾਬਾਂ ਵੀ ਹੋਣੀਆਂ ਚਾਹੀਦੀਆਂ ਹਜ਼ਾਰੇ ਦੇ ਹਵਾਲੇ ਤੋਂ ਜਿਹੜਾ ਕੰਮ ਹੋ ਰਿਹਾ ਜਿਹੜੇ ਸ਼ਾਇਰ ਹਨ ਅਦੀਬ ਹਨ ਜਿਹੜਾ ਕੰਮ ਕਰਦੇ ਹਨ ਉਹਨਾਂ ਦੀਆਂ ਕਿਤਾਬਾਂ ਵੀ ਹੋਣੀਆਂ ਚਾਹੀਦੀਆਂ ਔਰ ਇਸ ਹਵਾਲੇ ਨਾਲ ਜਿਸ ਵੇਲੇ ਮੈਂ ਲਿਖਣੇ ਵਾਲਿਆਂ ਨਾਲ ਵੀ ਮੈਸੇਜ ਕੀਤੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਯਕੀਨ ਮੰਨੋ ਸਿਰਫ 2 ਕਿਤਾਬਾਂ ਬਣ ਗਈਆਂ ਲਾਇਬ੍ਰੇਰੀ ਵਿੱਚ ਹਜ਼ਾਰੇ ਦੇ ਹਵਾਲੇ ਤੋਂ ਜਿਹੜੀ ਅਲਮਾਰੀ ਰੱਖੀ ਗਈ ਉਹ ਅੱਜ ਵੀ ਖਾਲੀ ਹੈ ਅਸੀਂ ਇਹ ਆਪਣੇ ਅਤੇ ਬਾਕੀ ਲੋਕ ਕੰਮ ਕਰਨ ਇਨਕੋ ਦੇ ਹਵਾਲੇ ਤੋਂ ਲੇਕਿਨ ਅਸੀਂ ਆਪ ਕੇ ਕੰਮ ਕਰ ਰਹੇ ਹਾਂ ਅਸੀਂ ਆਪ ਅਮਲੀ ਤੌਰ 'ਤੇ ਕੋਈ ਕੰਮ ਨਾ ਕਰ ਰਹੇ ਕਿਸੇ ਅਸਾਂ ਸੋਚ ਰਹੇ ਫਿਕਰ ਕਰਨੀ ਹੈ ਆਪਣੇ ਬੱਚਿਆਂ ਨਾਲ ਇਨਕੋ ਬੋਲਣੇ ਦੇ ਪਾਸੇ ਆਉਣੇ ਆਪਣੇ ਜਿਹੜੇ ਸਿੱਖਣ ਵਾਲੇ ਅਸੀਂ ਕੋਈ ਸ਼ਾਗਿਰਦ ਉਹਨਾਂ ਨਾਲ ਦੱਸਣਾ ਕਿ ਇਨਕੋ ਜ਼ਬਾਨ ਦਾ ਇੱਕ ਤਹਿਜ਼ੀਬ ਇਸ ਦੀ ਸਕਾਫਤ ਹੈ ਇਸ ਕੋਲ ਖਜ਼ਾਨਾ ਇਸ ਵੇਲੇ ਅਸਾਂ ਨਾਲ ਮੌਜੂਦ ਹਨ ਰਾਜਾ ਨੂਰ ਮੁਹੰਮਦ ਨਿਜ਼ਾਮੀ ਸਾਹਿਬ ਇਹਨਾਂ ਨੂੰ ਦਾਵਤ ਦੇਣੀ ਆ ਕਿ ਆਵਣ ਔਰ ਆਪਣਾ ਮਕਾਲਾ ਹਜ਼ਾਰੇ ਦੀਆਂ ਪੁਰਾਣੀਆਂ